ਸਤਿ ਸ਼੍ਰੀ ਅਕਾਲ ਜੀ। ਆਪਾਂ ਤੁਸੀਂ ਇਹ ਬੁਲਟ ਆ ਉਹੀ ਜਿਹੜਾ ਪਹਿਲਾਂ ਆਪਾਂ ਵੀਡੀਓ ਦੇ ਵਿੱਚ ਦੱਸਿਆ ਕਿ ਹਾਂਜੀ ਇਹਦੇ 'ਤੇ 50,000 ਖਰਚਾ ਥੱਲੇ ਆਇਆ 50,000 ਤੋਂ, ਅਤੇ ਇਹਦੇ 'ਤੇ 50,000 ਤੋਂ ਥੱਲੇ ਕਿੱਦਾਂ ਆਇਆ ਉਹਦੀ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਾਂਜੀ ਇਹਦੇ ਵਿੱਚ ਕੀ ਕੁਛ ਪਾਇਆ ਗਿਆ ਕੀ ਕੁਛ ਨਹੀਂ। ਇਹਦੇ ਵਿੱਚ ਮੇਨ ਕਿ ਹਾਂਜੀ ਆਪਣਾ ਇੰਜਣ ਦੇ ਉੱਤੇ ਖਰਚਾ ਬਹੁਤ ਜ਼ਿਆਦਾ ਘੱਟ ਆਇਆ, ਇੰਜਣ ਦੇ ਉੱਤੇ ਕਹਿ ਸਕਦੇ ਹਾਂ ਕਿ ਹਾਂਜੀ ਮੇਨ ਆ ਵੱਧ ਤੋਂ ਵੱਧ ਇਹਦੇ 'ਤੇ ਇੰਜਣ ਦੇ ਵਿੱਚ 5,000 ਦੇ ਐਸਟੀਮੇਟ ਖਰਚਾ ਲੱਗਿਆ, ਜਿਹਦੇ ਵਿੱਚ ਕਿ ਇੰਜਣ ਦੇ ਵਿੱਚ ਬੈਰਿੰਗ ਵਗੈਰਾ ਅਤੇ ਪਿਸਟਨ ਦੇ ਰਿੰਗ ਅਤੇ ਹੈੱਡ ਦੇ ਮਾੜੇ ਮੋਟੇ ਬਲ ਵਗੈਰਾ ਅਤੇ ਮਗਲੈਲ ਵਗੈਰਾ ਦਾ ਕੰਮ ਹੋਇਆ। ਇਦੋਂ ਜ਼ਿਆਦਾ ਇਹਦੇ ਇੰਜਣ ਦੇ ਉੱਤੇ ਹੋਰ ਕੁਛ ਨਹੀਂ, ਕਿਉਂਕਿ ਮੋਟਰਸਾਈਕਲ ਚੱਲਿਆ ਬਹੁਤ ਘੱਟ ਹੋਇਆ। ਕਸਟਮਰ ਨੇ ਮੀਟਰ ਇਹਦੇ ਓਰੀਜਨਲ ਹੀ ਰਖਵਾਏ ਨੇ, ਮੀਟਰ ਤੁਸੀਂ ਦੇਖ ਸਕਦੇ ਹੋ ਕਿ 1500 ਮੋਟਰਸਾਈਕਲ ਟੋਟਲ ਚੱਲਿਆ ਹੋਇਆ ਦੀ, ਇਹ ਖੜ੍ਹੇ ਹੀ ਦੀ ਮੋਟਰਸਾਈਕਲ, ਇਸ ਕਰਕੇ ਇਹਦਾ ਸਾਰੇ ਨਟ ਬੋਲਟ ਵੀ ਜਿੱਦਾਂ ਹੈਗੇ ਦੀ ਉੱਦਾਂ ਹੀ ਨੇ। ਅਤੇ ਇਹਦੇ ਬਾਕੀ ਗੱਲ ਕਰੀਏ ਤਾਂ ਪੇਂਟ ਦੀ, ਤਾਂ ਆਪਣਾ ਪੇਂਟ ਦੇ ਉੱਤੇ ਖਰਚਾ ਆ ਚੁੱਕਿਆ ਇਹਦੇ 'ਤੇ 13,000 ਦੇ ਕਰੀਬ, ਨੀਅਰ ਅਬਾਊਟ ਜੇ ਲੱਗਿਆ। ਹਾਂਜੀ ਜਿਹੜਾ ਆਪਣੇ ਪੇਂਟ ਦੇ ਉੱਤੇ ਖਰਚਾ ਹੈ, ਵਿੱਚੇ ਰੰਗ ਵਿੱਚੇ ਨਿਕਲ ਵਿੱਚੇ ਜਿੰਕ ਸਾਰਾ ਕੁਛ ਕਰ ਕਰਾ ਕੇ ਇਹਦਾ 13,000 ਦੇ ਮਤਲਬ ਕਰੀਬ ਬਿੱਲ ਬਣਿਆ ਦੀ ਇਹਦਾ ਟੋਟਲ। ਹਾਂਜੀ ਮੋਟਰਸਾਈਕਲ ਆ ਤੁਹਾਡੇ ਸਾਹਮਣੇ ਜਿਹਦੇ ਵਿੱਚ ਕਿ ਆਪਾਂ ਹੁਣ ਆਪਣੇ ਇੰਜਣ ਦੀ ਗੱਲ ਹੋ ਗਈ ਦੀ ਕਿ ਹਾਂਜੀ 5,000 ਦਾ ਗੇੜ ਇੰਜਣ 'ਤੇ ਲੱਗਿਆ, 13,000 ਦੇ ਨੀਅਰ ਅਬਾਊਟ ਆਪਣਾ ਪੇਂਟ ਨਿਕਲ ਜਿੰਕ ਦਾ ਬਣਿਆ। ਕਿਉਂਕਿ ਦੇਖੋ ਪੇਂਟ ਨਿਕਲ ਜਿੰਕ ਦਾ ਥੋੜ੍ਹਾ ਜਿਹਾ ਐਸਟੀਮੇਟ ਇਹਦਾ ਵਧਿਆ, ਨਹੀਂ ਤਾਂ 10-12 ਦੇ ਵਿੱਚ ਵੀ ਸਰ ਜਾਂਦਾ, 10,000 ਦੇ ਵਿੱਚ ਵੀ ਮਤਲਬ 6-7,000 ਦੇ ਵਿੱਚ ਪੇਂਟ ਉਹਦਾ ਹੋ ਜਾਂਦਾ, 7,000 ਤੋਂ ਬਾਅਦ 3,000 ਰੁਪਇਆ ਨਿਕਲ ਦਾ ਜਿੰਕ ਦਾ ਬਫਿੰਗ ਵਗੈਰਾ ਦਾ ਆ ਜਾਂਦਾ 3,000-3500, ਅਤੇ ਬਾਕੀ ਜਿੱਦਾਂ ਕਿ ਇਹਦੇ ਇੱਕ ਮਗਰਾਟ ਖਰਾਬ ਦੀ ਉਹ ਨਵਾਂ ਪੈ ਗਿਆ, ਮਤਲਬ ਥੋੜ੍ਹੀ ਮੋਟੀ ਡੈਂਟਿੰਗ ਦਾ ਖਰਚਾ ਹੋਰ ਇੱਦਾਂ ਵਧੇ ਨੇ। ਅਤੇ ਬਾਕੀ ਇਸ ਕਰਕੇ ਟੋਟਲ ਜੇ ਪੇਂਟ ਵਾਲੇ ਸਮਾਨ ਦਾ ਅਤੇ ਨਕਲ ਬਫਿੰਗ ਦਾ ਲਾਈਏ ਤਾਂ ਇਹਦੇ 'ਤੇ 13,000 ਦੇ ਕਰੀਬ ਸਾਰਾ ਐਸਟੀਮੇਟ ਬਣਿਆ ਖਰਚਾ ਆਇਆ। ਅਤੇ ਉਹ ਤੋਂ ਬਾਅਦ ਜੇਕਰ ਉੱਪਰਲੇ ਸਮਾਨ ਦੀ ਗੱਲ ਕਰੀਏ ਕਿ ਹਾਂਜੀ ਹਜੇ ਤਾਂ ਇਹਦਾ ਬਣੇ ਹੀ ਮਤਲਬ ਇੰਨਾ ਕੁ, ਮਤਲਬ 18,000 ਦਾ ਸਾਰਾ ਹੀ ਸਮਾਨ ਹੋਇਆ ਕਿ ਹਾਂਜੀ 18,000 ਤੋਂ ਬਾਅਦ ਬਾਕੀ ਜਿਹੜਾ ਆਪਣਾ 30,000 ਦਾ ਗੇੜਾ ਉਹ ਕਿੱਥੇ ਲੱਗਿਆ ਜੇ ਆਪਾਂ ਉਹਦੀ ਗੱਲ ਕਰੀਏ ਤਾਂ ਉਹਦੀ ਗੱਲ ਵਿੱਚ ਇਹ ਆ ਜਾਂਦੀ ਆ ਕਿ ਹਾਂਜੀ ਜਿਵੇਂ ਕਿ ਆਪਣੇ ਆ ਹੈਂਡਲ ਗ੍ਰਿਪ ਆ ਗਏ, ਅਤੇ ਆ ਹੈਂਡਲ ਆ ਗਿਆ 500 ਦਾ ਹੈਂਡਲ ਆ ਗਿਆ, ਅਤੇ ਹੈਂਡਲ ਗ੍ਰਿਪ ਆ ਗਏ 100 ਕੁ ਰੁਪਏ ਦੇ ਕਰੀਬ, ਅਤੇ ਉਹ ਤੋਂ ਬਾਅਦ 900 ਦਾ ਲੋਕ ਸੈੱਟ ਆ ਗਿਆ, ਅਤੇ ਇੱਦਾਂ ਹੈਂਡਲ ਪੱਤੀ ਇਹਦੀ ਨਵੀਂ ਆ, ਇੱਦਾਂ ਆ ਜਾਂਦਾ ਕਿ ਲੀਵਰ ਜੋਕਾਂ ਇਹਦੇ ਇਹ 150-150 ਦੇ ਕਰੀਬ ਆ ਜਾਂਦੇ ਨੇ, ਅਤੇ 1,000 ਰੁਪਏ ਦੇ ਕਰੀਬ ਇੰਡੀਕੇਟਰਾਂ ਦੇ ਸੈੱਟ ਆ ਜਾਂਦੇ ਨੇ ਵਿਦ ਪੱਤੀਆਂ ਵਗੈਰਾ, ਜਿਵੇਂ ਓਰੀਜਨਲ ਜੇ ਪਾਈਏ ਤਾਂ ਆਪਾਂ ਇਹਦੇ ਇੰਡੀਕੇਟਰ ਆ ਗਏ, ਬੈਕ ਲਾਈਟ ਆ ਗਈ 200 ਦੀ, ਇਹਦੀ ਜਿਹੜੀ ਨੰਬਰ ਪਲੇਟ ਆ ਇਹ ਉਹੀ ਪੁਰਾਣੀ ਹੀ ਪੇਂਟ ਕਰਾਈ ਗਈ ਆ। ਅਤੇ ਸੀਟ ਦੀ ਗੱਲ ਕਰੀਏ ਤਾਂ ਸੀਟ ਵੀ 2-3 ਤਰ੍ਹਾਂ ਦੀ ਆਉਂਦੀ ਆ, ਇਹਦੇ 'ਤੇ ਵੀ ਗੱਲਬਾਤ ਕਰਾਂਗੇ। ਜਿੱਦਾਂ ਕਿ ਆਹ ਮੋਟਰਸਾਈਕਲਾਂ 'ਤੇ ਪਾਈ ਹੋਈ ਆ, ਇਹਨਾਂ ਦੀ ਸੀਟ ਸਸਤੀ ਆ ਥੋੜ੍ਹੀ, ਇਹ ਸੀਟ ਥੋੜ੍ਹੀ ਮਹਿੰਗੀ ਆ, ਇਹ ਆਪਾਂ ਨੂੰ 2500 ਦੇ ਕਰੀਬ ਆ ਜਾਂਦੀ ਹੈ, ਇਹ ਸੀਟ ਥੋੜ੍ਹੀ ਮਹਿੰਗੀ ਆ, ਅਤੇ ਉਹਨਾਂ ਦਾ ਥੋੜ੍ਹਾ ਫਰਕ ਹੁੰਦਾ, ਉਹਨਾਂ ਦੇ ਨਾਲ ਕੁੰਡਾ ਨਹੀਂ ਲੱਗਿਆ ਹੁੰਦਾ। ਅਤੇ ਉਹ ਤੋਂ ਬਾਅਦ ਇਹਦੀ ਹੈੱਡਲਾਈਟ ਆ 700-700 ਦੇ ਕਰੀਬ ਹੈੱਡਲਾਈਟ ਆ, ਇਹ ਸਪੇਅਰ ਇਹ ਐਸਟੀਮੇਟ ਦੱਸ ਰਹੇ ਹਾਂ ਵੀਰੇ, ਕੋਈ ਫਿਕਸ ਰੇਟ ਨਹੀਂ ਹੈਗੇ। ਇਹਦੇ ਵਿੱਚ ਕੀ ਆ ਜਿਹੜਾ ਆਪਾਂ ਤੁਹਾਨੂੰ ਉੱਪਰ ਅਸੈਸਰੀ ਦਿਖਾ ਰਹੇ ਹਾਂ, ਇਹ ਸਾਰੀ ਅਸੈਸਰੀ ਇਹਦੀ ਮਤਲਬ ਕਹਿ ਸਕਦੇ ਹਾਂ ਕਿ ਹਾਂਜੀ 18,000 ਦੀ ਮਤਲਬ ਬਣੀ ਆ ਇਹਦਾ ਐਸਟੀਮੇਟ। 18,000 ਦੇ ਵਿੱਚ ਕੀ ਆ, ਹਾਂਜੀ ਹੈਂਡਲ ਲੀਵਰ ਮੁੱਠੇ ਆਹ ਜਿਹੜੇ ਆਪਣੇ ਹੈਂਡਲ ਗ੍ਰਿਪ ਕਹਿੰਦੇ ਨੇ, ਲੋਕ ਸੈੱਟ, ਮੀਟਰ ਕਸਟਮਰ ਨੇ ਪੁਰਾਣੇ ਰਖਾਏ ਨੇ, ਹੈੱਡਲਾਈਟ ਆ ਉੱਪਰ ਅੱਖਾਂ, ਅਤੇ ਇੰਡੀਕੇਟਰ ਆ ਜਿੱਦਾਂ ਕਿ ਇਹਦੇ ਆਪਣੇ ਚੱਕਿਆਂ ਦੇ ਵਿੱਚ ਬੈਰਿੰਗ ਨੇ, ਚੱਕਿਆਂ ਦੇ ਵਿੱਚ ਬੈਰਿੰਗ ਹੋ ਗਏ ਅੱਗੇ ਪਿੱਛੇ ਦੋਹੇ ਨਵੇਂ, ਅਤੇ ਇੱਕ ਮੇਨ ਗਰਾਰੀ ਦਾ ਬੈਰਿੰਗ ਨਵਾਂ ਹੋ ਗਿਆ, ਚੈਨ ਸੈੱਟ ਹੋ ਗਿਆ। ਇਹ ਚੈਨ ਸੈੱਟ ਵੀ ਉਹ 18,000 ਦੇ ਵਿੱਚ ਹੀ ਕਵਰ ਆ, ਬੈਕ ਫੁੱਟ ਰੈਸਟ ਰਬੜ ਕਿੱਟ ਇਹ ਸਾਰਾ ਕੁਛ ਉਹ 18,000 ਦੇ ਵਿੱਚ ਕਵਰ ਆ, ਜਿਹੜਾ ਆਪਣੇ ਉੱਪਰ ਸਪੇਅਰ ਪਾਰਟ ਦਾ ਲਾਇਆ। ਅੱਗੇ ਪਿੱਛੇ ਵਾਲੇ ਲੈਦਰ ਦੋਹੇ ਇਹ ਵੀ 18,000 ਦੇ ਵਿੱਚ ਕਵਰ ਆ, ਇੱਥੇ ਤੱਕ ਕਿ ਜਿੱਦਾਂ ਕਿ ਆ ਪਲੱਗ ਲੀਡ ਵਗੈਰਾ ਇਹ ਵੀ ਉਹ 18,000 ਦੇ ਵਿੱਚ ਹੀ
ਕਵਰ ਕੀਤੀ ਗਈ ਆ, ਕਿਉਂਕਿ ਇਹਦੇ 'ਤੇ ਉੱਪਰਲਾ ਸਪੇਅਰ ਪਾਰਟ ਵੀ ਬਹੁਤ ਘੱਟ ਪਿਆ ਕਹਿ ਸਕਦੇ ਹਾਂ, ਕਿਉਂਕਿ ਇਹਦੇ ਜਿਵੇਂ ਕਿ ਇੰਜਨ ਵਾਲੇ ਨਟ ਬੋਲਟ ਉਹੀ ਪੁਰਾਣੇ ਜਿੰਕ ਕਰਾਏ ਗਏ ਨੇ ਕਿਉਂਕਿ ਬਿਲਕੁਲ ਓਕੇ ਦੀ। ਅਤੇ ਉਹ ਤੋਂ ਬਾਅਦ ਹੋਰ ਅੱਗੇ ਚੱਲੀਏ ਤਾਂ ਆਪਾਂ ਤੁਸੀਂ ਮੋਟਰਸਾਈਕਲ ਦੇਖ ਹੀ ਸਕਦੇ ਹੋ ਕਿ ਹਾਂਜੀ ਕਿੱਦਾਂ ਓਕੇ ਆ ਪੂਰੀ ਰਿਪੋਰਟ। ਅਤੇ ਇਹਨੂੰ ਸਟਾਰਟ ਕਰਕੇ ਇਹਦੀ ਪਹਿਲਾਂ ਸਟਾਰਟਿੰਗ ਦੀ ਵੀ ਵੀਡੀਓ ਤੁਹਾਨੂੰ ਦਿਖਾਈ ਆ, ਉਹ ਵੀ ਪਾਈਆਂ ਗਈਆਂ ਨੇ। ਇਹਦੀਆਂ ਪੈਪ ਰਬੜ ਕਿੱਟ ਵਗੈਰਾ ਸਾਰੀ ਨਵੀਂ ਆ, ਅਤੇ ਸ਼ੋਕਰ ਰੀਫਿਲ ਕੀਤੇ ਗਏ ਨੇ, ਅਤੇ ਇਹਨਾਂ ਦੀਆਂ ਰਾਡਾਂ ਵਗੈਰਾ ਸਾਰੀਆਂ ਸਹੀ ਦੀ। ਇੱਥੋਂ ਇਹਦਾ ਖਰਚਾ ਬਚਿਆ, ਤੁਸੀਂ ਐਸਟੀਮੇਟ ਮਤਲਬ ਟੋਟਲ ਇੱਥੇ, ਫਿਰ ਇਹ ਤੋਂ ਬਾਅਦ ਆ ਜਾਂਦੀ ਆ ਲੇਬਰ ਆਪਣੀ ਕਿ ਹਾਂਜੀ ਲੇਬਰ ਕਿੰਨੀ ਬਣੀ ਆ। ਅਤੇ ਜੇ ਲੇਬਰ ਦਾ ਆਪਾਂ ਖਰਚਾ ਦੇਖਿਆ ਜਾਵੇ ਤਾਂ ਉਹੀ ਆਪਣੇ 12,000 ਰੁਪਏ ਦੇ ਕਰੀਬ, ਕੋਈ 10 ਲੈਂਦਾ, ਕੋਈ 8 ਲੈਂਦਾ, ਕੋਈ 15 ਲੈਂਦਾ, ਹਰੇਕ ਦਾ ਆਪੋ ਆਪਣਾ ਐਸਟੀਮੇਟ ਆ। ਇੱਦਾਂ ਇਹਦੇ 'ਤੇ ਮਤਲਬ ਉਹੀ ਨੀਅਰ ਅਬਾਊਟ 45,000 ਟੋਟਲ ਲੱਗਿਆ। ਹਾਂਜੀ 45,000 ਦੇ ਕਰੀਬ ਇਹ ਮੋਟਰਸਾਈਕਲ ਫੁੱਲ ਰੈਡੀ ਹੋ ਕੇ ਤੁਹਾਡੇ ਸਾਹਮਣੇ ਖੜ੍ਹਾ ਕਿ ਹਾਂਜੀ ਇਹਦੇ 'ਤੇ 45,000। ਜਿਹੜੇ ਮੇਰੇ ਵੀਰ ਭਰਾਵਾਂ ਦੇ ਇੱਦਾਂ ਦੇ ਮੋਟਰਸਾਈਕਲ ਨੇ ਕਿ ਹਾਂਜੀ ਇੰਜਣ 'ਤੇ ਵੀ ਕੋਈ ਖਰਚਾ ਨਹੀਂ ਆਉਣਾ ਅਤੇ ਉੱਪਰ ਅਸੈਸਰੀ ਵੀ ਘੱਟ ਪੈਣੀ ਆ, ਉਹਨਾਂ ਦਾ 45,000 ਦੇ ਵਿੱਚ ਵੀ ਸਰ ਜਾਂਦਾ। ਅਤੇ ਜਿਹੜਾ ਆਪਣੇ ਆ ਪਰਲੀ ਸਾਈਡ ਖੜ੍ਹਾ ਹੈ ਕਿ ਹਾਂਜੀ ਇਹਦਾ 70, ਪਰਲੇ ਦਾ 80, ਉਹ ਕਿੱਦਾਂ ਲੱਗਿਆ ਆਪਾਂ ਉਹਦੇ 'ਤੇ ਵੀ ਡਿਟੇਲ ਦੇ ਵਿੱਚ ਵੀਡੀਓ ਬਣਾਵਾਂਗੇ। ਜਿਹੜੇ ਵੀਰ ਭਰਾ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਆਉਣ ਵਾਲੀਆਂ ਵੀਡੀਓ ਤੁਹਾਨੂੰ 70,000 ਵਾਲੀ ਅਤੇ 80,000 ਵਾਲੀ ਉਹ ਵੀ ਦਿਖਾਉਂਦੇ ਹਾਂ ਫਿਰ ਕਿ ਹਾਂਜੀ ਕਿੱਦਾਂ ਫਰਕ ਆ ਅਤੇ ਇੰਨੇ ਪੈਸੇ ਕਿੱਦਾਂ ਲੱਗੇ ਨੇ। ਠੀਕ ਆ ਜੀ, ਧੰਨਵਾਦ ਜੀ, ਨਿਮਾ ਬੋਲਟ ਖੰਨਾ।